ਸਤਿ ਸ਼੍ਰੀ ਅਕਾਲ ਦੋਸਤੋ, ਮੇਰੀ ਖੋਜ ਮੇਰੀ ਜਵਾਨੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜਿਹੜੇ ਖੁਜਾਰਥੀ ਜੁੜੇ ਨੇ ਉਹ ਨਾਭਾ ਤਹਿਸੀਲ ਦੇ ਮਸ਼ਹੂਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਨੇ। ਇਹਨਾਂ ਦਾ ਨਾਮ ਹੈ ਲਖਵੀਰ ਸਿੰਘ। ਇਹਨਾਂ ਨੇ BA ਰਿਪੂ ਦਮਨ ਕਾਲਜ ਨਾਭਾ ਤੋਂ ਕੀਤੀ, MA ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਕੈਂਪਸ ਤੋਂ ਕੀਤੀ, MPhil ਵੀ ਇੱਥੋਂ ਕੀਤੀ, ਅੱਜ ਕੱਲ੍ਹ PhD ਕਰ ਰਹੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਇਹਨਾਂ ਨੇ ਜੋ MPhil ਦੌਰਾਨ ਖੋਜ ਕਾਰਜ ਕੀਤਾ ਉਹਦੇ ਬਾਰੇ। ਇਹਨਾਂ ਦਾ ਖੋਜ ਕਾਰਜ ਬੜਾ ਦਿਲਚਸਪ ਵਿਸ਼ੇ ਤੇ ਸੀਗਾ, ਇਸ਼ਤਿਹਾਰਬਾਜ਼ੀ ਦੇ ਵਿੱਚ ਜੋ ਸ਼ਬਦ ਜੋੜਾਂ ਦੀਆਂ ਗਲਤੀਆਂ ਹੁੰਦੀਆਂ ਉਹਨਾਂ 'ਤੇ ਇਹਨਾਂ ਨੇ ਅਧਿਐਨ ਕੀਤਾ। ਉਹਨਾਂ ਬਾਰੇ ਆਪਾਂ ਅੱਜ ਜਾਣਾਂਗੇ ਕਿ ਇਹਨਾਂ ਦਾ ਅਧਿਐਨ ਕਿਹੋ ਜਿਹਾ ਰਿਹਾ, ਅਧਿਐਨ ਦੇ ਵਿੱਚ ਕੀ ਕੁਛ ਕੀਤਾ ਅਤੇ ਆਪਣੇ ਸੁਝਾਅ ਕੀ ਦਿੱਤੇ ਕਿ ਉਹ ਸ਼ਬਦ ਜੋੜਾਂ ਦੀਆਂ ਗਲਤੀਆਂ ਕਿਵੇਂ ਸੁਧਾਰੀਆਂ ਜਾ ਸਕਦੀਆਂ। ਲਖਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਖੋਜ ਕਾਰਜ ਬਾਰੇ ਦੱਸੋ, ਉਹਦੇ ਸਿਰਲੇਖ ਬਾਰੇ ਪ੍ਰੋਪਰ, ਕਿਵੇਂ ਉਹਨੂੰ ਕਿਹੜੇ ਕਿਹੜੇ ਅਧਿਐਨ 'ਚ ਵੰਡਿਆ? ਮੇਰਾ ਜਿਹੜਾ ਖੋਜ ਵਿਸ਼ਾ ਸੀ ਇਹ ਸੀਗਾ ਇਸ਼ਤਿਹਾਰਬਾਜ਼ੀ ਵਿੱਚ ਪੰਜਾਬੀ ਸ਼ਬਦ ਜੋੜਾਂ ਦੀਆਂ ਸਮੱਸਿਆਵਾਂ ਜੀ, ਤੇ ਮੈਂ ਆਪਣੇ ਇਸ ਖੋਜ ਕਾਰਜ ਨੂੰ 3 ਅਧਿਆਇਆਂ ਵਿੱਚ ਵੰਡ ਕੇ ਕੀਤਾ ਸੀਗਾ। ਪਹਿਲਾ ਇਹਦਾ ਅਧਿਆਇ ਸੀਗਾ ਪੰਜਾਬੀ ਭਾਸ਼ਾ, ਲਿਪੀ ਅਤੇ ਸ਼ਬਦ ਜੋੜ। ਦੂਜਾ ਸੀਗਾ ਪੰਜਾਬੀ ਸ਼ਬਦ ਜੋੜਾਂ ਦੀ ਇਤਿਹਾਸਕ ਜਿਹੜੀ ਮਹੱਤਤਾ ਹੈ ਜੀ, ਉਹਨੂੰ ਇਤਿਹਾਸ ਤੋਂ ਦੇਖਣ ਦਾ ਯਤਨ ਕੀਤਾ ਸੀ। ਤੀਜਾ ਜਿਹੜਾ ਅਧਿਆਇ ਸੀਗਾ ਉਹ ਸੀਗਾ ਕਿ ਪੰਜਾਬੀ ਇਸ਼ਤਿਹਾਰਾਂ ਦੇ ਸ਼ਬਦ ਜੋੜਾਂ ਦਾ ਵਿਹਾਰਕ ਵਿਸ਼ਲੇਸ਼ਣ ਕੀਤਾ ਸੀ। ਪਹਿਲੇ ਜਿਹੜੇ 2 ਅਧਿਆਇ ਸੀਗੇ ਉਹਨਾਂ ਉਹ ਸਿਧਾਂਤਕ ਸੀਗੇ ਜੀ, ਤੇ ਜਿਹੜਾ ਤੀਜਾ ਅਧਿਆਇ ਸੀ ਉਹਦੇ ਵਿੱਚ ਇਹ ਕਾਰਨ ਲੱਭਣ ਦਾ ਯਤਨ ਕੀਤਾ ਸੀ ਕਿ ਜਿਹੜੀ ਇਸ਼ਤਿਹਾਰਬਾਜ਼ੀ ਆ ਜੀ ਉਹਦੇ ਵਿੱਚ ਗਲਤੀਆਂ ਹੁੰਦੀਆਂ ਕਿਉਂ ਨੇ, ਉਹਨਾਂ ਦੇ ਕਾਰਨਾਂ ਨੂੰ ਲੱਭਣ ਦਾ ਯਤਨ ਕੀਤਾ ਗਿਆ ਜੀ। ਆਪਾਂ ਗਲਤੀਆਂ ਵੱਲ ਵੀ ਆਵਾਂਗੇ, ਸਭ ਤੋਂ ਪਹਿਲਾਂ ਸਾਨੂੰ ਇਸ਼ਤਿਹਾਰਬਾਜ਼ੀ ਬਾਰੇ ਦੱਸੋ, ਇਸ਼ਤਿਹਾਰਬਾਜ਼ੀ ਨੂੰ ਤੁਸੀਂ ਕੀ ਸਮਝਦੇ ਹੋ? ਜੀ, ਇਸ਼ਤਿਹਾਰਬਾਜ਼ੀ ਅੰਗਰੇਜ਼ੀ ਸ਼ਬਦ, ਅੰਗਰੇਜ਼ੀ ਭਾਸ਼ਾ ਦੇ ਸ਼ਬਦ, ਐਡਵਰਟਾਈਜ਼ਿੰਗ ਦਾ ਪੰਜਾਬੀ ਅਨੁਵਾਦ ਹੈ, ਪੰਜਾਬੀ ਰੂਪ ਹੈ ਜੀ, ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ਐਡਵਾਟੋ ਤੋਂ ਬਣਿਆ ਹੈ, ਜਿਸ ਤੋਂ ਭਾਵ ਹੈ ਕਿਸੇ ਦਾ ਧਿਆਨ ਕੇਂਦਰਿਤ ਕਰਨਾ ਜੀ ਜਾਂ ਖਿੱਚ ਪੈਦਾ ਕਰਨਾ ਜੀ। ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਪੁਰਾਣੇ ਸਮੇਂ ਦੌਰਾਨ ਹੋਕਾ ਦੇ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਨ ਤੋਂ ਆਰੰਭ ਹੁੰਦੀ ਹੈ ਜੀ, ਜੋ ਹੌਲੀ ਹੌਲੀ ਵਿਕਾਸ ਕਰਦੀ ਹੋਈ ਅਖਬਾਰਾਂ ਮੈਗਜ਼ੀਨਾਂ ਦੇ ਰਾਹੀਂ ਸਾਡੇ ਤੱਕ ਅੱਪੜਦੀ ਹੈ ਜੀ, ਜਿਸ ਦਾ ਮੁੱਖ ਮਕਸਦ ਕਿਸੇ ਚੀਜ਼ ਦੀ ਵਿਕਰੀ ਜਾਂ ਮੁਨਾਫੇ ਲਈ ਪ੍ਰਚਾਰ ਕਰਨਾ ਜੀ। ਤੇ ਤੁਸੀਂ ਇਹਦੇ ਮਾਧਿਅਮ ਕਿਹੜੇ ਕਿਹੜੇ ਮੰਨਦੇ ਹੋ ਇਸ਼ਤਿਹਾਰਬਾਜ਼ੀ ਦੇ? ਜੀ, ਇਹ ਜਿਹੜੀ ਇਸ਼ਤਿਹਾਰਬਾਜ਼ੀ ਦੇ ਮਾਧਿਅਮ ਨੇ ਜਿਵੇਂ ਅਖਬਾਰ ਜੀ, ਮੈਗਜ਼ੀਨ ਜੀ, ਪੈਫਲੈਟ ਜੀ, ਅਖਬਾਰ ਸੌਰੀ ਰੇਡੀਓ, ਟੈਲੀਵਿਜ਼ਨ ਜਾਂ ਮੋਬਾਈਲ ਜੀ। ਤੇ ਜਿਹੜਾ ਤੁਸੀਂ MPhil ਦੌਰਾਨ ਖੋਜ ਕਾਰਜ ਕੀਤਾ ਹੈ ਸ਼ਬਦ ਜੋੜਾਂ ਦੀਆਂ ਸਮੱਸਿਆਵਾਂ, ਇਹਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ ਨੂੰ ਸੈਂਪਲ ਵਜੋਂ ਕਿਹੜੀਆਂ ਕਿਹੜੀਆਂ ਥਾਵਾਂ ਨੂੰ ਚੁਣਿਆ? ਜੀ, ਮੈਂ ਆਪਣੇ ਇਸ ਖੋਜ ਕਾਰਜ ਦੇ ਵਿੱਚ ਇੱਕ ਸ਼ਹਿਰ ਨੂੰ ਆਧਾਰ ਬਣਾਇਆ ਸੀ, ਜਿਵੇਂ ਕਿ ਮੇਰਾ ਨਾਭਾ ਸ਼ਹਿਰ ਹੈ, ਮੈਂ ਨਾਭੇ ਨੂੰ ਹੀ ਆਧਾਰ ਬਣਾਇਆ ਸੀ ਜੀ। ਉਹਦੇ ਵਿੱਚ ਸਰਕਾਰੀ ਥਾਵਾਂ ਅਤੇ ਗੈਰ ਸਰਕਾਰੀ ਥਾਵਾਂ ਜਿੱਥੇ ਇਸ਼ਤਿਹਾਰਬਾਜ਼ੀ ਦੀ ਵਰਤੋਂ ਹੁੰਦੀ ਹੈ ਜੀ, ਜਿਵੇਂ ਰੇਲਵੇ ਸਟੇਸ਼ਨ ਹੋ ਗਿਆ, ਬੱਸ ਸਟੈਂਡ ਹੋ ਗਿਆ, ਬੈਂਕਾਂ ਹੋ ਗਈਆਂ, ਥਾਣੇ ਹੋ ਗਏ ਜੀ, ਜਾਂ ਇਸ ਤੋਂ ਇਲਾਵਾ ਹਸਪਤਾਲ ਹੋ ਗਏ, ਕੰਧਾਂ ਹੋ ਗਈਆਂ ਤੇ ਦੁਕਾਨਾਂ ਤੇ ਜਿਹੜੀ ਇਸ਼ਤਿਹਾਰਬਾਜ਼ੀ ਲੱਗੀ ਹੁੰਦੀ ਹੈ ਉਹ ਸਾਰਾ, ਮਤਲਬ ਜਿੰਨੀ ਵੀ ਸ਼ਹਿਰ ਦੇ ਵਿੱਚ ਇਸ਼ਤਿਹਾਰਬਾਜ਼ੀ, ਉਹਨੂੰ ਆਪਣੇ ਖੋਜ ਕਾਰਜ ਦਾ ਆਧਾਰ ਬਣਾਇਆ ਸੀ ਜੀ। ਤੇ ਇਸ਼ਤਿਹਾਰਬਾਜ਼ੀ ਦੇ ਰੂਪਾਂ ਬਾਰੇ ਸਾਨੂੰ ਜ਼ਰੂਰ ਵਿਸਥਾਰ ਨਾਲ ਦੱਸੋ ਕਿ ਕਿਹੜੇ ਕਿਹੜੇ ਰੂਪ ਜਿਹੜੇ ਤੁਸੀਂ ਆਪਦੇ ਖੋਜ ਕਾਰਜ ਦੇ ਵਿੱਚ ਸ਼ਾਮਲ ਕੀਤੇ? ਜੀ ਬਿਲਕੁਲ, ਜਿਹੜੀ ਇਸ਼ਤਿਹਾਰਬਾਜ਼ੀ ਆ ਆਪਣੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਸਾਹਮਣੇ ਆਉਂਦੀ ਹੈ, ਜਿਵੇਂ ਇਹਦੇ ਰੂਪ ਨੇ ਸਥਾਨਕ ਇਸ਼ਤਿਹਾਰਬਾਜ਼ੀ, ਜਨਤਕ ਇਸ਼ਤਿਹਾਰਬਾਜ਼ੀ ਜੀ, ਤੇ ਇਸ ਤੋਂ ਇਲਾਵਾ ਧਾਰਮਿਕ ਇਸ਼ਤਿਹਾਰਬਾਜ਼ੀ ਜੀ, ਰਾਜਨੀਤਿਕ ਇਸ਼ਤਿਹਾਰਬਾਜ਼ੀ ਜੀ, ਵਸਤੂ ਸ਼ਾਸਤਰ ਨਾਲ ਸੰਬੰਧਿਤ ਇਸ਼ਤਿਹਾਰਬਾਜ਼ੀ, ਮੈਡੀਕਲ ਨਾਲ ਸੰਬੰਧਿਤ ਇਸ਼ਤਿਹਾਰਬਾਜ਼ੀ ਤੇ ਲੋਕ ਭਲਾਈ ਹਿੱਤ ਜਿਹੜੀ ਇਸ਼ਤਿਹਾਰਬਾਜ਼ੀ ਆ ਉਹ ਸਾਰੀ ਇਹਦੇ ਵਿੱਚ ਆ ਜਾਂਦਾ। ਬਿਨਾਂ ਸ਼ੱਕ ਇਹਨਾਂ ਸਾਰੀਆਂ ਵੰਨਗੀਆਂ ਦਾ ਮਕਸਦ ਇੱਕੋ ਹੀ ਆ, ਪਰ ਇਹਨਾਂ ਨੂੰ ਨਿਖੇੜ ਕੇ ਦੇਖਿਆ ਜਾਣਾ ਜ਼ਰੂਰੀ ਹੈ ਜੀ। ਲਖਵੀਰ ਜੀ, ਆਪਣੀ ਜਿਹੜੀ ਹੁਣ ਤੱਕ ਦੀ ਗੱਲਬਾਤ ਬਹੁਤੀ ਹੋਈ ਹੈ ਉਹ ਆਪਾਂ ਇਸ਼ਤਿਹਾਰਬਾਜ਼ੀ ਦੇ ਸਿਧਾਂਤਕ ਪੱਖ ਤੇ ਕੀਤੀ ਕਿ ਕਿਹੜੇ ਕਿਹੜੀ ਇਸ਼ਤਿਹਾਰਬਾਜ਼ੀ ਨੂੰ ਤੁਸੀਂ ਆਪਣੇ ਖੋਜ ਕਾਰਜ ਦੇ ਵਿੱਚ ਸ਼ਾਮਲ ਕੀਤਾ। ਹੁਣ ਅਸੀਂ ਇਹਦੇ ਵਿਹਾਰਕ ਪੱਖ ਵੱਲ ਆਉਂਦੇ ਹਾਂ ਕਿ ਸਭ ਤੋਂ ਵੱਧ ਗਲਤੀਆਂ ਕਿਹੋ ਜਿਹੀਆਂ ਦੇਖਣ ਨੂੰ ਮਿਲੀਆਂ ਤੁਹਾਨੂੰ, ਕਿਹੜੀਆਂ ਗਲਤੀਆਂ ਦੇਖਣ ਨੂੰ ਮਿਲੀਆਂ? ਜੀ ਬਿਲਕੁਲ, ਮੈਂ ਆਪਣੇ ਖੋਜ ਕਾਰਜ ਵਿੱਚ ਜਿੰਨਾ ਵੀ ਖੇਤਰੀ ਖੋਜ ਕਾਰਜ ਕੀਤਾ ਜੀ ਉਹਦੇ ਵਿੱਚ ਜਿਹੜੀ ਵੀ ਮੈਂ ਇਸ਼ਤਿਹਾਰਬਾਜ਼ੀ ਦੇਖੀ ਹੈ ਉਹਦੇ ਵਿੱਚ ਪੈਰ ਬਿੰਦੀ ਵਾਲੇ ਸ਼ਬਦਾਂ ਦੀ ਗਲਤੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਆ, ਜਿਵੇਂ ਖਾਲਸਾ ਸ਼ਬਦ ਹੈ ਜਾਂ ਆਪਾਂ ਗਜ਼ਲ ਲਿਖਦੇ ਹਾਂ ਜਾਂ ਫੈਸਲਾ ਹੋ ਗਿਆ, ਇਹਨਾਂ ਸ਼ਬਦਾਂ ਦੇ ਵਿੱਚ ਪੈਰ ਬਿੰਦੀ ਪੈਂਦੀ ਆ ਜੀ, ਪਰ ਇਸ਼ਤਿਹਾਰਬਾਜ਼ੀ ਦੇ ਵਿੱਚ ਇਹਨਾਂ ਗਲਤੀਆਂ ਨੂੰ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਜੀ। ਇਸ ਤੋਂ ਇਲਾਵਾ ਜਿਹੜੀ ਅੱਖਰ ਜੋੜ ਦੀ ਗਲਤੀ ਹੈ ਉਹ ਵੀ ਬਹੁਤ ਵੱਡੇ ਪੱਧਰ ਤੇ ਹੁੰਦੀ ਆ ਜੀ, ਜਿਵੇਂ ਗਲਤੀ ਹੁੰਦੀ ਹੈਗੀ ਭੱਬਾ ਤੇ ਬੱਬਾ ਦੀ, ਕੱਕਾ ਤੇ ਖੱਖਾ ਦੀ ਜਿਹੜੀ ਗਲਤੀ ਆ ਉਹ ਵੀ ਬਹੁਤ ਜ਼ਿਆਦਾ ਹੁੰਦੀ ਆ। ਜਿਵੇਂ ਆਪਾਂ ਗਰਭ ਸ਼ਬਦ ਲਿਖਦੇ ਹਾਂ, ਗਰਭ ਸ਼ਬਦ ਨੂੰ ਬੱਬੇ ਦੇ ਨਾਲ ਲਿਖ ਦਿੱਤਾ ਜਾਂਦਾ ਜੀ। ਇਸ ਤੋਂ ਇਲਾਵਾ ਆਪਾਂ ਤਾਰੀਖ ਲਿਖਦੇ ਹਾਂ, ਤਾਰੀਖ ਨੂੰ ਤਰੀਕ ਲਿਖ ਦਿੱਤਾ, ਜਿਹੜੀ ਕੱਕੇ ਤੇ ਬੱਬੇ ਦਾ ਜਿਹੜਾ ਫਰਕ ਹੈ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦੇਖਣ ਨੂੰ ਮਿਲਦਾ। ਇਸ ਤੋਂ ਇਲਾਵਾ ਸਿਆਰੀ ਬਿਹਾਰੀ ਔਂਕੜ ਦਲੌਂਕੜ
ਹੋੜਾ ਕਨੋੜ ਦੀਆਂ ਗਲਤੀਆਂ ਵੀ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਨੇ। ਜੀ ਤੁਸੀਂ ਆਪਣੇ ਖੋਜ ਕਾਰਜ ਦੇ ਵਿੱਚ ਜਿਵੇਂ ਤੁਸੀਂ ਸ਼ਬਦ ਜੋੜਾਂ ਦੀ ਗੱਲ ਕੀਤੀ ਕਿ ਕੱਕੇ ਤੇ ਬੱਬੇ ਦੀ ਗਲਤੀ ਅਕਸਰ ਦੇਖਣ ਨੂੰ ਮਿਲਦੀ ਹੈ, ਪੈਰ ਬਿੰਦੀ ਵਾਲੀ ਗਲਤੀ ਅਕਸਰ ਦੇਖਣ ਨੂੰ ਮਿਲਦੀ ਹੈ, ਇਹ ਅਖਬਾਰਾਂ ਦੇ ਵਿੱਚ ਵੀ ਬਹੁਤ ਸਾਰੀ ਇਸ਼ਤਿਹਾਰਬਾਜ਼ੀ ਆਉਂਦੀ ਹੈਗੀ ਹੈ, ਉਹਨਾਂ ਨੂੰ ਸ਼ਾਮਿਲ ਕੀਤਾ ਆਪਣੇ ਖੋਜ ਕਾਰਜ ਦੇ ਵਿੱਚ? ਹਾਂਜੀ, ਮੈਂ ਆਪਣੇ ਖੋਜ ਕਾਰਜ ਦੇ ਵਿੱਚ ਪੰਜਾਬੀ ਦੇ 7 ਅਖਬਾਰਾਂ ਨੂੰ ਚੁਣਿਆ ਸੀਗਾ, ਜਿਹਦੇ ਵਿੱਚ ਜਗਬਾਣੀ, ਅਜੀਤ, ਸਪੋਕਸਮੈਨ, ਪੰਜਾਬੀ ਜਾਗਰਣ, ਦੇਸ਼ ਸੇਵਕ, ਨਵਾਂ ਜ਼ਮਾਨਾ ਅਤੇ ਪੰਜਾਬੀ ਟ੍ਰਿਬਿਊਨ। ਜੀ ਜਦੋਂ ਮੈਂ ਇਹਨਾਂ ਦਾ ਅਧਿਐਨ ਕੀਤਾ ਤਾਂ ਇਸ਼ਤਿਹਾਰਬਾਜ਼ੀ ਦੇ ਪੱਧਰ 'ਤੇ ਜਿਹੜੀਆਂ ਸਭ ਤੋਂ ਜ਼ਿਆਦਾ ਗਲਤੀਆਂ ਸੀਗੀਆਂ ਉਹ ਜਗਬਾਣੀ ਅਖਬਾਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਜੀ ਕਿਉਂਕਿ ਜਗਬਾਣੀ ਅਖਬਾਰ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੈਂ ਖੋਜ ਕਾਰਜ ਕੀਤਾ ਸੀ ਜੀ ਉਦੋਂ ਇਸ਼ਤਿਹਾਰਬਾਜ਼ੀ ਜਗਬਾਣੀ ਅਖਬਾਰ ਦੇ ਵਿੱਚ ਹੁੰਦੀ ਬਹੁਤ ਜ਼ਿਆਦਾ ਸੀ। ਤਾਂ ਜੇ ਆਪਾਂ ਪੰਜਾਬੀ ਟ੍ਰਿਬਿਊਨ ਦੀ ਗੱਲ ਕਰੀਏ ਤਾਂ ਮੁਕਾਬਲਤਨ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਸ਼ਬਦ ਜੋੜਨ ਦੀਆਂ ਗਲਤੀਆਂ ਨੇ ਉਹ ਕਿਤੇ ਨਾ ਕਿਤੇ ਘੱਟ ਹੋ ਰਹੀਆਂ ਨੇ। ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਇਸ਼ਤਿਹਾਰਬਾਜ਼ੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਹੁੰਦੀ ਬਹੁਤ ਘੱਟ ਹੈ। ਜੀ ਉਹ ਇਹ ਤਾਂ ਅਨੁਪਾਤ ਦੇ ਹਿਸਾਬ ਨਾਲ ਹੋ ਗਿਆ ਕਿ ਜਿਹੜੇ ਅਖਬਾਰ ਦੇ ਵਿੱਚ ਅਨੁਪਾਤਕ ਇਸ਼ਤਿਹਾਰ ਵੱਧ ਆਉਣਗੇ ਉਹ ਉਸ ਉੱਥੇ ਗਲਤੀਆਂ ਦੀ ਗੁੰਜਾਇਸ਼ ਵੱਧ ਰਹੇਗੀ। ਗਲਤੀਆਂ ਹੋਣ ਦਾ ਤੁਸੀਂ ਖੋਜ ਕਾਰਜ ਦੇ ਵਿੱਚ ਕੋਈ ਸਿੱਟੇ ਕੱਢੇ ਹੋਣੇ ਆ, ਕਾਰਨ ਕੀ ਮੰਨਦੇ ਹੋ ਕਿ ਕਿਹੜੇ ਕਿਹੜੇ ਪ੍ਰਮੁੱਖ ਕਾਰਨ ਨੇ ਕਿ ਆਹ ਕਾਰਨਾਂ ਕਰਕੇ ਗਲਤੀਆਂ ਜ਼ਿਆਦਾ ਹੋ ਰਹੀਆਂ? ਜੀ ਬਿਲਕੁਲ, ਇਹਦੇ ਵਿੱਚ ਜਿਹੜੀ ਸਭ ਤੋਂ ਮੁੱਖ ਗੱਲ ਆ ਉਹ ਹੈਗੀ ਕਿ ਜਿਹੜੀ ਭਾਸ਼ਾ ਸੰਬੰਧੀ ਵਿਆਕਰਨਕ ਸੂਝ ਦੀ ਘਾਟ। ਜੀ ਇਸ ਤੋਂ ਇਲਾਵਾ ਜਿਹੜਾ ਪੰਜਾਬੀ ਭਾਸ਼ਾ ਦਾ ਪ੍ਰਮਾਣੀਕਰਨ ਹੈ ਉਹਦੇ ਵੱਲ ਧਿਆਨ ਨਾ ਦੇਣਾ, ਕਿਉਂਕਿ ਪ੍ਰਮਾਣੀਕਰਨ ਤੋਂ ਸੱਖਣਾ ਵਿਅਕਤੀ ਹੀ ਜ਼ਿਆਦਾ ਗਲਤੀਆਂ ਕਰਦਾ। ਇਸ ਤੋਂ ਇਲਾਵਾ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਉਹ ਹੁੰਦੀਆਂ ਨੇ ਬਾਬ ਅਤੇ ਬੱਬੇ ਵਾਲੀ, ਗੱਗਾ ਤੇ ਗੱਗੇ ਬੈਰ ਬਿੰਦੀ ਵਾਲੀ, ਅਈਆਂ ਤੇ ਨਈਆਂ ਵਾਲੀ ਤੇ ਡੱਡਾ ਤੇ ਢੱਡਾ। ਜਿਵੇਂ ਆਪਾਂ ਲੱਲਾ ਤੇ ਲੱਲੇ ਬੈਰ ਬਿੰਦੀ ਦੀ ਗੱਲ ਕਰ ਲਈ, ਕਿਉਂਕਿ ਲੱਲਾ ਇੱਕ ਸੁਤੰਤਰ ਤੇ ਵੱਖਰੀ ਧੁਨੀ ਆ, ਜਦੋਂ ਇਹਦੇ ਪੈਰੀ ਬਿੰਦੀ ਪਾ ਦਿੱਤੀ ਜਾਂਦੀ ਆ ਤਾਂ ਜਿਹੜਾ ਸ਼ਬਦਾਂ ਦਾ ਰੂਪ ਆ ਉਹ ਬਦਲ ਜਾਂਦਾ ਹੈ। ਜਿਵੇਂ ਆਪਾਂ ਗੋਲੀ ਸ਼ਬਦ ਲਿਖਦੇ ਹਾਂ, ਜਦੋਂ ਲੱਲੇ ਦੇ ਪੈਰ ਬਿੰਦੀ ਪਾ ਦਿੱਤੀ ਜਾਂਦੀ ਤਾਂ ਉਹ ਗੋਲੀ ਬਣ ਜਾਂਦਾ ਹੈ। ਇਸ ਤੋਂ ਇਲਾਵਾ ਜਿਵੇਂ ਦਲ ਸ਼ਬਦ ਹੈ ਉਹ ਹੈਗਾ ਸੇਵਾ ਦਲ, ਤੇ ਜਦੋਂ ਇਹਦੇ ਪੈਰੀ ਬਿੰਦੀ ਪਾ ਦਈਏ ਤਾਂ ਉਹ ਦਲ ਹੋ ਜਾਂਦਾ ਹੈ, ਜਿਵੇਂ ਦਾਲ ਦਲ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੇਗੇ ਜਿਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਪਰ ਉਹਦੇ ਨਾਲ ਸ਼ਬਦਾਂ ਦਾ ਜਿਹੜਾ ਰੂਪ ਹੈ ਉਹ ਬਦਲ ਜਾਂਦਾ। ਇਸ ਤੋਂ ਇਲਾਵਾ ਜਿਵੇਂ ਮਾਝੀ, ਮਾਲਵਾ ਤੇ ਦੁਆਬਾ, ਇਹਨਾਂ ਦੇ ਵਿੱਚ ਜਿਹੜੇ ਉਚਾਰਨ ਵੱਖਰਤਾ ਦਾ ਜਿਹੜੀਆਂ ਗਲਤੀਆਂ ਨੇ ਉਹ ਵੀ ਵੱਡੇ ਪੱਧਰ ਤੇ ਹੋ ਰਹੀਆਂ ਨੇ। ਜਿਵੇਂ ਆਪਾਂ ਮਾਝੀ ਭਾਸ਼ਾ ਦਾ ਦੇਖ ਲਈਏ, ਬਾਵਾ ਜਿਹੜਾ ਉਹ ਸ਼ਬਦ ਦੇ ਵਿਚਕਾਰ ਜਦੋਂ ਬੋਲਿਆ ਜਾਂਦਾ ਹੈ ਤਾਂ ਉਹ ਜਾਵਾਂਗਾ, ਆਵਾਂਗਾ ਜਾਂ ਖਾਵਾਂਗਾ ਸ਼ਬਦ ਬਣਦਾ ਹੈ, ਪਰ ਉਹੀ ਸ਼ਬਦ ਜਿਹੜਾ ਹੈਗਾ ਅੱਖਰ ਜਿਹੜਾ ਮਾਲਵੇ ਦੇ ਵਿੱਚ ਮੰਮਾ ਬਣ ਜਾਂਦਾ ਹੈ। ਜਿਵੇਂ ਖਾਵਾਂਗਾ, ਜਾਵਾਂਗਾ, ਇਹ ਉਚਾਰਨ ਪੱਖ ਤੋਂ ਤਾਂ ਠੀਕ ਹੈ, ਪਰ ਜਦੋਂ ਸਾਹਿਤਕ ਭਾਸ਼ਾ ਦੇ ਵਿੱਚ ਆਪਾਂ ਨੂੰ ਦੇਖਦੇ ਹਾਂ ਤਾਂ ਜਿਹੜਾ ਆਪਾਂ ਮੰਮੇ ਵਾਲਾ ਸ਼ਬਦ ਆ ਉਹ ਕਿਤੇ ਨਾ ਕਿਤੇ ਗਲਤ ਸ਼ਬਦ ਹੁੰਦਾ ਹੈ, ਜਿਹਦੇ ਕਰਕੇ ਸ਼ਬਦ ਜੋੜਾਂ ਦੀ ਜਿਹੜੀ ਗਲਤੀਆਂ ਹੋਣ ਦੀ ਉਹ ਗੁੰਜਾਇਸ਼ ਵੱਧ ਜਾਂਦੀ ਹੈ। ਜੀ ਲਖਵੀਰ, ਤੁਸੀਂ ਬਹੁਤ ਸਾਰੇ ਸ਼ਬਦਾਂ ਦੀ ਗੱਲ ਕੀਤੀ ਕਿ ਬਹੁਤ ਸਾਰੇ ਸ਼ਬਦ ਤੁਸੀਂ ਉਦਾਹਰਣ ਦੇ ਕੇ ਸਾਨੂੰ ਦੱਸ ਰਹੇ ਹੋ ਕਿ ਆਹ ਸ਼ਬਦਾਂ ਦੀਆਂ ਗਲਤੀਆਂ ਅਕਸਰ ਵਾਰ ਵਾਰ ਹੁੰਦੀਆਂ, ਇਹਨਾਂ ਸ਼ਬਦਾਂ ਦੀ ਕੋਈ ਤੁਸੀਂ ਇੱਕ ਸੂਚੀ ਤਿਆਰ ਕੀਤੀ ਹੈਗੀ ਹੈ ਕਿ ਜਿਹੜੀ ਆਪਣੇ ਥੀਸਿਸ 'ਚ ਦਿੱਤੀ ਹੋਵੇ ਕਿ ਆਹ ਸ਼ਬਦ ਵਾਰ ਵਾਰ ਰਿਪੀਟ ਹੋ ਰਹੇ ਹੈ ਤੇ ਇਹਨਾਂ ਦੀਆਂ ਗਲਤੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ? ਜੀ ਬਿਲਕੁਲ, ਮੈਂ ਆਪਣੇ ਖੋਜ ਕਾਰਜ ਦੇ ਵਿੱਚ ਜਦੋਂ ਮੈਂ ਫੀਲਡ ਵਰਕ ਕੀਤਾ ਸੀ ਉਹਦੇ ਵਿੱਚ ਜਿੰਨਾ ਵੀ ਮੈਂ ਡਾਟਾ ਇਕੱਤਰ ਕੀਤਾ ਸੀ ਉਹਦੀ ਮੈਂ ਇੱਕ ਸੂਚੀ ਤਿਆਰ ਕੀਤੀ ਹੈ 210 ਪੰਨਿਆਂ ਦੀ। ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਹੜੀਆਂ ਮੁੱਖ ਗਲਤੀਆਂ ਹੋ ਰਹੀਆਂ ਨੇ ਇਸ਼ਤਿਹਾਰਬਾਜ਼ੀ ਦੇ ਵਿੱਚ ਤੇ ਕਿਹੜੇ ਸ਼ਬਦ ਜਿਹੜੇ ਸ਼ੁੱਧ ਨੇਗੇ ਮੈਂ ਉਹਨਾਂ ਨੂੰ ਨਾਲ ਦਿੱਤਾ ਹੈ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂਗੇ ਤਾਂ ਵੱਡੀਆਂ ਜਿਹੜੀਆਂ ਗਲਤੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ, ਪਰ ਜਦੋਂ ਤੁਸੀਂ ਥੀਸਿਸ ਦੇਖੋਗੇ ਤਾਂ ਉਹਦੇ ਵਿੱਚ ਇੱਕ ਲਿਸਟ ਦੇਖ ਸਕਦੇ ਹੋ ਜਿਹਦੇ ਆਧਾਰ ਤੇ ਮੈਂ ਆਪਣਾ ਖੋਜ ਕਾਰਜ ਕੀਤਾ ਹੈ। ਜੀ ਮੈਂ ਆਪਣੇ ਅੰਤਲੇ ਸਵਾਲ ਵੱਲ ਵੱਧਦਾ ਹਾਂ। ਲਖਵੀਰ, ਸ਼ਬਦ ਜੋੜਾਂ ਦੀ ਗਲਤੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਹੈ ਇਸ਼ਤਿਹਾਰਬਾਜ਼ੀ ਦੇ ਵਿੱਚ, ਉਹ ਅਰਥ ਹੀ ਬਦਲ ਜਾਂਦੇ ਆ, ਬਿਲਕੁਲ ਸ਼ਬਦ ਵਾਕ ਦੇ ਅਰਥ ਹੀ ਬਦਲ ਜਾਂਦੇ ਆ ਜਦੋਂ ਕੋਈ ਗਲਤੀ ਸਾਹਮਣੇ ਆਉਂਦੀ ਹੈ। ਤਾਂ ਜਿਹੜੇ ਇਸ਼ਤਿਹਾਰ ਤਿਆਰ ਕਰਦੇ ਨੇ ਵੱਖੋ ਵੱਖ ਕੰਪਨੀਆਂ ਦਾ ਇੱਕ ਵੱਖੋ ਵੱਖਰਾ ਸੈੱਲ ਬਣਿਆ ਹੁੰਦਾ ਜਿਹੜਾ ਇਸ਼ਤਿਹਾਰਬਾਜ਼ੀ ਵਿਭਾਗ ਹੁੰਦਾ, ਕੋਈ ਤੁਸੀਂ ਕੋਈ ਕਿਤਾਬ ਐਸੀ ਸੁਜੈਸਟ ਕਰਨੀ ਚਾਹੋਗੇ ਕਿ ਉਸ ਕਿਤਾਬ ਨੂੰ ਆਧਾਰ ਬਣਾ ਕੇ ਉਹ ਭਵਿੱਖ ਵਿੱਚ ਅਜਿਹੇ ਸ਼ਬਦ ਉਹਨੂੰ ਆਧਾਰ ਬਣਾ ਕੇ ਆਪਣੀਆਂ ਇਸ਼ਤਿਹਾਰ ਤਿਆਰ ਕਰਨ ਤਾਂ ਜੋ ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਗਰੇਜ਼ ਹੋ ਸਕੇ? ਜੀ ਬਿਲਕੁਲ, ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ, ਕਿਉਂਕਿ ਜਿਹੜੀ ਇਸ਼ਤਿਹਾਰਬਾਜ਼ੀ ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਜੀ ਉਹਨਾਂ ਦਾ ਇੱਕ ਕਾਰਨ ਇਹੀ ਹੈ ਕਿ ਵਿਆਕਰਨਕ ਸੂਝ ਦੀ ਘਾਟ ਹੈ। ਜੀ ਭਾਸ਼ਾ ਦੀ ਜਿਹੜੀ ਸਕ੍ਰਿਪਟ ਆ ਉਹਨੂੰ ਸਮਝਣ ਦੀ ਲੋੜ ਹੈ, ਜੀ ਕਿਉਂਕਿ ਜਦੋਂ ਸ਼ਬਦ ਜੋੜਨ ਦਾ ਜਿਹੜਾ ਪ੍ਰਮਾਣੀਕਰਨ ਆ ਉਹਨੂੰ ਸਮਝ ਕੇ ਹੀ ਇਹਨਾਂ ਜਿਹੜੀਆਂ ਗਲਤੀਆਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ। ਇਹਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਕ ਤੇ ਡਾਕਟਰ ਹਰਕੀਰਤ ਸਿੰਘ ਹੋਰਾਂ ਦੁਆਰਾ ਇੱਕ ਸੰਪਾਦਿਤ ਜਿਹੜਾ ਕੋਸ਼ ਹੈ ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼, ਉਹਨੂੰ ਆਧਾਰ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਮਾਣਿਤ ਹੈ
ਜਿਹਦੇ ਕਰਕੇ ਇਹਨਾਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ। ਜੀ ਲਖਵੀਰ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸ਼ਬਦ ਜੋੜਾਂ ਦੀਆਂ ਗਲਤੀਆਂ ਨੇ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਦੋਸਤੋ। ਅਗਲੇ ਪ੍ਰੋਗਰਾਮ ਵਿੱਚ ਅਸੀਂ ਕਿਸੇ ਨਵੇਂ ਖੋਜਾਰਥੀ ਨੂੰ ਤੁਹਾਡੇ ਰੂਬਰੂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।